ਮਾਈਨੋਰਿਟੀਜ਼ ਦੇ ਖਿਲਾਫ ਜੋ ਯੂਨੀਫਾਰਮ ਸਿਵਲ ਕੋਡ ਉਹਨਾਂ ਨੇ ਇੰਟਰੋਡਿਊਸ ਕੀਤਾ ਬਿੱਲ ਲਾਅ ਉੱਤਰਾਖੰਡ ਵਿੱਚ, ਉਹ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ। ਮੁਸਲਮਾਨਾਂ ਦਾ ਜਿਹੜਾ ਪੁਰਾਣਾ 1937 ਦਾ ਸ਼ਹਿਰੀਅਤ ਲਾਅ, ਮੁਸਲਿਮ ਪਰਸਨਲ ਲਾਅ, ਇਟ ਵਿਲ ਬੀ ਓਵਰ ਰਿਡਨ। ਉਹਦੇ ਸਾਰੇ ਹਕੂਕ, ਚਾਹੇ ਉਹ ਨਿਕਾਹ ਦੇ ਨੇ, ਚਾਹੇ ਉਹ ਤਲਾਕ ਦੇ ਨੇ, ਚਾਹੇ ਉਹ ਹਿਜਾਬ ਦੇ ਨੇ, ਚਾਹੇ ਉਹ ਪ੍ਰੋਪਰਟੀ ਡਿਸਪਿਊਟ ਦੇ ਨੇ, ਉਹ ਸਾਰੇ ਤੁਹਾਡੇ ਖੁੱਸ ਜਾਣਗੇ ਅਤੇ ਸਾਡਾ ਆਨੰਦ ਕਾਰਜ ਵੀ ਖੁੱਸ ਜਾਵੇਗਾ ਜਿਹਨੂੰ ਅਸੀਂ ਬਿੱਲ ਬਣਾਉਣ ਦੇ ਚੱਕਰ ਵਿੱਚ ਫਿਰਦੇ ਹਾਂ। ਨਸ਼ੇ ਦੇ ਕੋਹੜ ਨਾਲ ਮੁਕਾਬਲਾ ਵਾ, ਬੇਰੁਜ਼ਗਾਰੀ ਨਾਲ ਮੁਕਾਬਲਾ ਵਾ, ਪੁਲਿਸ ਦੇ ਅੱਤਿਆਚਾਰ ਨਾਲ ਮੁਕਾਬਲਾ ਵਾ, ਮਹਿੰਗਾਈ ਦੇ ਨਾਲ ਮੁਕਾਬਲਾ ਵਾ, ਜਿਹੜਾ ਇੰਸਪੈਕਟਰ ਰਾਜ ਦੁਕਾਨਾਂ 'ਤੇ ਥੋਪਿਆ ਜਾ ਰਿਹਾ ਉਹਦੇ ਨਾਲ ਮੁਕਾਬਲਾ ਵਾ, ਜਿਹੜਾ ਜ਼ਹਿਰੀਲਾ ਪਾਣੀ, ਹਵਾ, ਖਾਣ ਪੀਣ, ਇਹਨਾਂ ਇਸ਼ੂਜ਼ ਨਾਲ ਮੁਕਾਬਲਾ ਵਾ। ਮੈਂ ਬਹੁਤ ਧੰਨਵਾਦ ਕਰਦੀ ਹਾਂ, ਸ਼ੁਕਰੀਆ ਅਦਾ ਕਰਦੀ ਹਾਂ ਜਿਵੇਂ ਖਹਿਰਾ ਜੀ ਨੇ ਕਲੀਅਰ ਕਰਤਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਵੋਟ ਕਰਨਾ ਚਾਹੁੰਦੇ ਨੇ। ਉਹਦੇ ਵਿੱਚ ਸਾਰਾ ਕੁਝ ਸਾਫ਼ ਹੈ ਕਿ ਲੋਕ ਇਹਨਾਂ ਨੂੰ ਚਾਹੁੰਦੇ ਨੇ। ਮਲੇਰਕੋਟਲਾ ਵਿੱਚ ਅੱਜ ਸਾਬਕਾ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਆਪਣੇ ਗ੍ਰਹਿ ਵਿਖੇ ਕਰਵਾਈ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਦਿੱਲੀ ਸ਼ਰਾਬ ਘੁਟਾਲੇ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਘਪਲੇ ਦਾ ਸੇਕ ਪੰਜਾਬ ਵਿੱਚ ਵੀ ਜਲਦੀ ਪਹੁੰਚਣ ਵਾਲਾ ਹੈ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਇਸ ਘੁਟਾਲੇ ਵਿੱਚ ਪਹਿਲੀ ਗ੍ਰਿਫਤਾਰੀ ਪੱਕੀ ਹੈ ਜੋ ਕਿ ਬਹੁਤ ਜਲਦੀ ਹੀ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਦਿੜਬਾ ਹਲਕੇ ਅੰਦਰ 20 ਤੋਂ 22 ਬੰਦਿਆਂ ਦੀਆਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਅਜਿਹੇ ਸ਼ਰਾਬ ਮਾਫੀਆ ਦੀ ਹੀ ਦੇਣ ਹਨ ਜਿਸ ਨੂੰ ਸੱਤਾਧਾਰੀਆਂ ਦੀ ਸਰਪ੍ਰਸਤੀ ਹਾਸਲ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ 13-0 ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਮਾਨ ਨੂੰ ਆਪਣੀ ਪਾਰਟੀ ਵਿੱਚੋਂ 13 ਉਮੀਦਵਾਰ ਨਹੀਂ ਲੱਭ ਰਹੇ ਅਤੇ ਚੱਬੇਵਾਲ ਤੇ ਜੀਪੀ ਵਰਗੀਆਂ ਤਿਤਲੀਆਂ ਨੂੰ ਕੇਜਰੀਵਾਲ ਦੀ ਵਾਸ਼ਿੰਗ ਮਸ਼ੀਨ ਵਿੱਚ ਲੰਘਾ ਕੇ ਪਵਿੱਤਰ ਕਰਕੇ ਟਿਕਟਾਂ ਦੇਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਨਾਮਜ਼ਦਗੀ ਪੇਪਰਾਂ ਵਿੱਚ ਕੇਵਲ 9 ਤੋਲੇ ਸੋਨਾ ਦੱਸਣ ਵਾਲੇ ਮੁੱਖ ਮੰਤਰੀ ਕੋਲ ਆਪਣੇ ਪਰਿਵਾਰ ਦੀਆਂ ਗਹਿਣਿਆਂ ਨਾਲ ਲੱਦੀਆਂ ਔਰਤਾਂ ਦੇ ਸੋਨੇ ਬਾਰੇ ਵੀ ਕੋਈ ਜਵਾਬ ਨਹੀਂ। ਉਨ੍ਹਾਂ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੀ ਹੀ ਪਾਰਟੀ ਦੀ ਸਰਕਾਰ ਉੱਪਰ ਉਠਾਏ ਜਾ ਰਹੇ ਗੰਭੀਰ ਸਵਾਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਿੱਚੋਂ ਇੱਕੋ ਇੱਕ ਮਰਦ ਦਲੇਰ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਕਰਵਾ ਰਹੇ ਪੁਲਿਸ ਅਫਸਰਾਂ ਉੱਪਰ ਸ੍ਰੀ ਰਾਘਵ ਚੱਡਾ ਦੀ ਛਤਰ ਛਾਇਆ ਦੇ ਲਾਏ ਗਏ ਇਲਜ਼ਾਮ ਦਾ ਇਸ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਤੁਸੀਂ ਦੇਖ ਰਹੇ ਹੋ ਮਲੇਰਕੋਟਲਾ ਤੋਂ ਕੁਲਵੰਤ ਸਿੰਘ ਮੋਹਾਲੀ ਦੀ ਰਿਪੋਰਟ। ਪੁੱਛਣ ਦੀ ਬਜਾਏ ਜਨਤਾ ਨੂੰ ਪੁੱਛੋ, ਜਿਹੜੇ ਵੋਟਰਸ ਨੇ ਸੰਗਰੂਰ ਲੋਕ ਸਭਾ ਦੇ, ਉਹਨਾਂ ਨੂੰ ਪੁੱਛ ਕੇ ਤੁਸੀਂ ਮਹਿਸੂਸ ਕਰੋਗੇ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲੋਕ ਵੋਟਾਂ ਪਾਉਣਾ ਚਾਹੁੰਦੇ ਇਸ ਵਾਰ, ਕਿਉਂਕਿ ਦੇਸ਼ ਕਿੱਧਰ ਨੂੰ ਜਾ ਰਿਹਾ, ਬੀਜੇਪੀ ਕੀ ਕਰ ਰਹੀ ਹੈ, ਕਿਸ ਤਰ੍ਹਾਂ ਦੀਆਂ ਖਤਰੇ ਦੀਆਂ ਘੰਟੀਆਂ ਸਾਡੀ ਜਮਹੂਰੀਅਤ ਦੇ ਇਰਦ ਗਿਰਦ ਮੰਡਲਾ ਰਹੀਆਂ ਨੇ, ਇਹ ਸਾਰੇ ਬੱਚੇ ਨੂੰ ਔਰ ਮਲੇਰਕੋਟਲਾ ਵਿਸ਼ੇਸ਼ ਤੌਰ 'ਤੇ ਕਿਸ ਤਰ੍ਹਾਂ ਦੀ ਧਰਤੀ ਆ ਜਿੱਥੇ ਕਿ ਹਾਂ ਦਾ ਨਾਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਨੂੰ ਵਰ ਸੀਗਾ ਕਿ ਭਾਵਾਂ ਕਿਤੇ ਕੁਛ ਤਬਾਹੀ ਹੋ ਜਾਵੇ, ਕਿੰਨੀ ਕਤਲੋਗਾਰਤ ਹੋਈ 47 ਦੇ ਵਿੱਚ, ਲੇਕਿਨ ਮਲੇਰਕੋਟਲਾ ਵੱਸਦਾ ਅਤੇ ਸੱਜਦਾ ਅਤੇ ਅੱਜ ਸਾਡਾ ਇਹ ਸ਼ਹਿਰ ਹੈ। ਸਾਡੀ ਭੈਣ ਸਤਿਕਾਰਯੋਗ ਬੀਬੀ ਰਜ਼ੀਆ ਸੁਲਤਾਨਾ ਜੀ, ਫਾਰਮਰ ਮਿਨਿਸਟਰ, ਅੱਜ ਇਹਨਾਂ ਨੇ ਇੱਕ ਜਲਸਾ ਕਰਵਾਇਆ ਵਾ ਔਰ ਇਹਨਾਂ ਦੀ ਸਾਰੇ ਟੀਮ ਨੇ ਜਲਸਾ ਕਰਵਾਇਆ। ਮੈਂ ਸਮਝਦਾ ਕਿ ਬਹੁਤ ਜੋਸ਼ ਆ ਔਰ ਹਰ ਵਰਗ ਦੇ ਲੋਕ ਸਾਡੇ ਨਾਲ ਵੋਟ ਪਾਉਣਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਹਤਾਸ਼ ਬੈਠੇ ਨੇ ਕਿਉਂਕਿ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੋਈ ਪਿਛਲੇ 2 ਸਾਲ 'ਚ, ਉਹਨਾਂ ਨਾਲ ਬੇਈਮਾਨੀ ਹੋਈ ਆ, ਉਹਨਾਂ ਦੇ ਅਧਿਕਾਰ ਅਤੇ ਹਕੂਕ ਦੂਜੀਆਂ ਸਟੇਟਾਂ ਦੇ ਨੌਜਵਾਨ ਲੈ ਗਏ ਨੇ, ਉਹਨਾਂ ਦੇ ਹਕੂਕ ਅਤੇ ਅਧਿਕਾਰ ਦੂਜੀਆਂ ਅਮੀਰ ਆਦਮੀ ਰਾਜ ਸਭਾ ਦੇ ਵਿੱਚ ਲੈ ਗਏ ਨੇ, ਉਹਨਾਂ ਦੇ ਹਕੂਕ ਅਤੇ ਅਧਿਕਾਰ ਰਾਜ ਜਿਹੜੀਆਂ ਸੀਟਾਂ ਤਿਤਲੀਆਂ ਲੈ ਕੇ ਬਾਹਰਲੀਆਂ ਪਾਰਟੀਆਂ 'ਚੋਂ ਲਿਆ ਕੇ ਉਹਨਾਂ ਨੂੰ ਨਾਮਜ਼ਦ ਕਰਤਾ, ਉਹ ਮਾਯੂਸ। ਅਕਾਲੀ ਦਲ ਜਿਹੜਾ ਵਾ ਕੇਡਰ, ਕਿਉਂਕਿ ਮੈਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਆ ਤਾਂ ਮੈਨੂੰ ਐਂ ਲੱਗਦਾ ਕਿ ਅਕਾਲੀ ਦਲ ਦੇ ਕੇਡਰ ਵਿੱਚੋਂ ਵੀ, ਉਹਨਾਂ ਦੇ ਵਰਕਰ 'ਚੋਂ ਬਹੁਤ ਵੱਡੇ ਪੱਧਰ 'ਤੇ ਸਾਨੂੰ ਵੋਟ ਪਏ ਔਰ ਇਨਸ਼ਾਅੱਲਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹ ਮੋਰਚਾ ਅਵਸ਼ ਫਤਿਹ ਕਰਾਂਗੇ। ਦੇਖੋ ਇੱਕ ਗੱਲ ਤਾਂ ਅੱਛੀ ਤਰ੍ਹਾਂ ਸਮਝੋ ਨਾ ਕਿ ਬੀਜੇਪੀ ਇਜ਼ ਇੰਡਲਜਿੰਗ ਇਨ ਮੈਜੋਰਿਟੇਰੀਅਨ ਪੋਲੀਟਿਕਸ,
ਬੀਜੇਪੀ ਇਜ਼ ਇੰਡਲਜਿੰਗ ਇਨ ਅਥੋਰੀਟੇਰੀਅਨ ਪੋਲੀਟਿਕਸ। ਤਾਨਾਸ਼ਾਹ, ਉਹਨਾਂ ਦਾ ਤਾਂ ਦਿਲ ਉਹਨਾਂ ਦਾ ਬਸ ਚੱਲੇ ਤਾਂ ਦੇਸ਼ ਵਿੱਚ ਕੋਈ ਸਰਕਾਰ ਰਹਿਣ ਹੀ ਨਾ ਦੇਣ। ਬੀਜੇਪੀ ਨੇ 10 ਸਾਲਾਂ ਵਿੱਚ ਜ਼ਿਆਦਾ ਨਹੀਂ ਤਾਂ 10 ਸੂਬਿਆਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਤੋੜੀਆਂ ਨੇ ਔਰ ਹਿਮਾਚਲ ਪ੍ਰਦੇਸ਼ ਉਹਨਾਂ ਦੀ ਨੈਕਸਟ ਟਾਰਗੇਟ 'ਤੇ ਹੈ। ਇਸ ਕਰਕੇ ਬੀਜੇਪੀ ਨੂੰ ਵੋਟ ਪਾਉਣ ਦਾ ਮਤਲਬ ਇਹ ਆ ਕਿ ਆਪਣੇ ਹਕੂਕ ਗਵਾਉਣਾ, ਆਪਣੇ ਹੱਥ ਵੱਢ ਕੇ ਬੀਜੇਪੀ ਦੇ ਹੱਥ ਵਿੱਚ ਪਾਉਣੇ। ਮਾਈਨੋਰਿਟੀਜ਼ ਦੇ ਖਿਲਾਫ ਜੋ ਯੂਨੀਫਾਰਮ ਸਿਵਲ ਕੋਡ ਉਹਨਾਂ ਨੇ ਇੰਟਰੋਡਿਊਸ ਕੀਤਾ ਬਿੱਲ ਲਾਅ ਉੱਤਰਾਖੰਡ ਵਿੱਚ, ਉਹ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ। ਮੁਸਲਮਾਨਾਂ ਦਾ ਜਿਹੜਾ ਪੁਰਾਣਾ 1937 ਦਾ ਸ਼ਹਿਰੀਅਤ ਲਾਅ, ਮੁਸਲਿਮ ਪਰਸਨਲ ਲਾਅ, ਇਟ ਵਿਲ ਬੀ ਓਵਰ ਰਿਡਨ। ਉਹਦੇ ਸਾਰੇ ਹਕੂਕ, ਚਾਹੇ ਉਹ ਨਿਕਾਹ ਦੇ ਨੇ, ਚਾਹੇ ਉਹ ਤਲਾਕ ਦੇ ਨੇ, ਚਾਹੇ ਉਹ ਹਿਜਾਬ ਦੇ ਨੇ, ਚਾਹੇ ਉਹ ਪ੍ਰੋਪਰਟੀ ਡਿਸਪਿਊਟ ਦੇ ਨੇ, ਉਹ ਸਾਰੇ ਤੁਹਾਡੇ ਖੁੱਸ ਜਾਣਗੇ ਅਤੇ ਸਾਡਾ ਆਨੰਦ ਕਾਰਜ ਵੀ ਖੁੱਸ ਜਾਵੇਗਾ ਜਿਹਨੂੰ ਅਸੀਂ ਬਿੱਲ ਬਣਾਉਣ ਦੇ ਚੱਕਰ ਵਿੱਚ ਫਿਰਦੇ ਹਾਂ। ਇਸ ਕਰਕੇ ਮਾਈਨੋਰਿਟੀਜ਼ ਨੂੰ ਵਿਸ਼ੇਸ਼ ਤੌਰ 'ਤੇ ਟਾਰਗੇਟ ਕੀਤਾ ਜਾ ਰਿਹਾ, ਬੁਲਡੋਜ਼ਰ ਪੋਲੀਟਿਕਸ ਇਹਨਾਂ 'ਤੇ ਚਲਾਈ ਜਾ ਰਹੀ ਹੈ। ਮੁਖਤਾਰ ਅੰਸਾਰੀ ਭਾਵਾਂ ਉਹ ਕਿੱਡੇ ਕਿੱਸਾ 'ਚ ਹੋਵੇ, ਕੈਦੀ ਦਾ ਵੀ ਹਕੂਕ ਨੇ, ਉਹਦੇ ਵੀ ਮਨੁੱਖੀ ਅਧਿਕਾਰ ਨੇ। ਉਹਨੂੰ ਜੇਲ੍ਹਾਂ ਵਿੱਚ ਬੈਠੇ ਕਤਲ ਕੀਤਾ ਗਿਆ, ਕਤਲ ਕਰਵਾਇਆ ਗਿਆ, ਉਹਦਾ ਜ਼ਹਿਰ ਦਿੱਤਾ ਗਿਆ। ਦੀਜ਼ ਆਰ ਵੈਰੀ ਡੇਂਜਰਸ ਸਾਈਨਸ ਫੋਰ ਐਨੀ ਡੈਮੋਕ੍ਰੇਸੀ ਆਫ ਐਨੀ ਕੰਟਰੀ। ਸਰ, ਅੰਮ੍ਰਿਤਪਾਲ ਡਿਬਰੂਗੜ੍ਹ ਦੀ ਗੱਲ ਹੋਈ ਆ, ਕਿਹਾ ਜਾ ਰਿਹਾ ਕੋਈ ਪ੍ਰਚਾਰ ਦੀ ਵੀ ਗੱਲ ਹੈ? ਨਹੀਂ, ਪ੍ਰਚਾਰ ਕੋਈ ਨਹੀਂ ਗਾ। ਮੈਂ ਜਦੋਂ NSA ਦਾ ਵਿਰੋਧ ਕਰ ਰਿਹਾ, ਮੈਂ ਕਿਸੇ ਵਿਅਕਤੀ ਵਿਸ਼ੇਸ਼, NSA ਜਦੋਂ ਲਾਈ ਜਾ ਰਹੀ ਅੱਜ ਦੇ ਯੁੱਗ ਵਿੱਚ, ਇਟਸ ਅ ਕੰਪਲੀਟ ਬਲੈਕ ਲਾਅ। ਚਾਹੇ ਉਹ ਯੂਆਪਾ ਦਾ ਲਾਅ ਹੈ, ਚਾਹੇ NSA ਦਾ ਲਾਅ, ਜਿਹਦੀ ਕੋਈ ਅਪੀਲ ਹੀ ਨਹੀਂ, ਕੋਈ ਦਲੀਲ ਨਹੀਂ, ਕੋਈ ਜ਼ਮਾਨਤ ਨਹੀਂ, ਕੋਈ ਮਿਲ ਨਹੀਂ ਸਕਦਾ ਜਾ ਕੇ। ਹਜ਼ਾਰਾਂ ਕਿਲੋਮੀਟਰ ਤੁਸੀਂ ਦੂਰ ਬੰਦੇ ਭੇਜਤੇ, ਅਗਰ ਉਹਨਾਂ ਨੇ ਕੋਈ ਗੁਨਾਹ ਕੀਤਾ ਪੰਜਾਬ ਦੀ ਧਰਤੀ 'ਤੇ, ਟਰਾਈ ਕਰੋ, ਇੱਥੇ ਅਦਾਲਤਾਂ ਵਿੱਚ ਰੱਖੋ, ਇੱਥੇ ਜੇਲ੍ਹਾਂ ਵਿੱਚ ਰੱਖੋ। ਇਸ ਕਰਕੇ ਮੈਂ ਇਸ ਤਰ੍ਹਾਂ ਦੇ ਹਰ ਇਨਜਸਟਿਸ ਦੇ ਖਿਲਾਫ ਹਮੇਸ਼ਾ ਬੋਲਦਾ। ਚੋਣ ਲੜਨਾ ਜਾਇਜ਼ ਆ ਜੀ ਉਹਨਾਂ ਦਾ? ਇਹ ਤਾਂ ਉਹਨਾਂ ਦਾ ਅਧਿਕਾਰ ਹੈ, ਚੋਣ ਤਾਂ ਕੋਈ ਹਰ ਆਮ ਸਧਾਰਨ ਵਿਅਕਤੀ ਵੀ ਲੜ ਸਕਦਾ। ਬੋਕਰ ਪਾਰਟੀ ਦੀ ਗੱਲ ਕੀਤੀ, ਅਲਾਇੰਸ ਦੀ ਗੱਲ ਕੀਤੀ, ਔਰ ਤੁਹਾਡੀ ਅਲਾਇੰਸ ਦੇ ਨਾਲ ਅੱਜ ਤੁਸੀਂ ਕਿਸ ਨਜ਼ਰੀਏ ਨਾਲ ਲੋਕਾਂ 'ਚ ਜਾਓਗੇ ਇੱਕ ਦੂਜੇ ਦੇ ਖਿਲਾਫ ਬੋਲ ਕੇ? ਤੁਹਾਡੇ ਅਲਾਇੰਸ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਦੇਸ਼ ਵਿੱਚ। ਨੈਸ਼ਨਲ ਐਂਡ ਸਟੇਟ ਲੈਵਲ ਦੇ ਸਟੇਟ ਸਪੈਸੀਫਿਕ ਅਲਾਇੰਸਿਸ ਕਈ ਪਾਰਟੀਆਂ ਨੇ ਕਈ ਵਾਰ ਕੀਤੇ। ਤੁਸੀਂ ਅਗਰ NDA ਦੀ ਬਰੀਕੀ ਨਾਲ ਕੱਢੋਗੇ, ਉਹਨਾਂ ਦੇ ਨਾਲ ਵੀ ਕਈ ਵਾਰੀ ਪਾਰਟੀ ਨੈਸ਼ਨਲ ਲੈਵਲ 'ਤੇ ਨਾਲ ਹੈ ਅਤੇ ਸਟੇਟ ਸਪੈਸੀਫਿਕ ਕਈ ਵਾਰੀ ਨਾਲ ਨਹੀਂ ਹੈ। ਸਾਡਾ ਸਾਰੇ ਪੰਜਾਬ ਨੂੰ ਪਤਾ ਕਿ ਸਾਡਾ 36 ਦਾ ਅੰਕੜਾ, ਮਤਲਬ ਐਂ ਘਾਟਾ ਵਾ ਆਮ ਆਦਮੀ ਪਾਰਟੀ ਦੇ ਨਾਲ, ਕਿਉਂਕਿ ਸਾਡੇ ਵਰਕਰ ਨੂੰ ਥੱਲੇ ਤੱਕ ਇਹਨਾਂ ਨੇ ਸਰਪੰਚ ਨਹੀਂ ਛੱਡੇ, ਇਹਨਾਂ ਨੇ MC ਨਹੀਂ ਛੱਡੇ, ਇਹਨਾਂ ਨੇ ਸਸਪੈਂਡ ਕਰਾਏ, ਪਰਚੇ ਦਰਜ ਕਰਾਏ, ਕਮੇਟੀਆਂ ਤੋੜੀਆਂ, ਪਰਚੇ MLA ਅਤੇ ਮਿਨਿਸਟਰਾਂ 'ਤੇ ਖਹਿਰੇ 'ਤੇ 5 ਪਰਚੇ। ਡੂ ਯੂ ਥਿੰਕ ਵੀ ਕੈਨ ਐਵਰ ਐਵਰ ਥਿੰਕ ਆਫ ਹੈਵਿੰਗ ਐਨ ਅਲਾਇੰਸ ਵਿਦ ਸੱਚ ਐਰੋਗੈਂਟ ਪੀਪਲ? ਅਸੀਂ ਇਦਾਂ ਦੇ ਹੁਣ ਤਾਂ ਇਹ ਤੁਹਾਡੇ ਖਿਲਾਫ ਅਪੀਲ ਸੀਗੀ, ਸੁਪਰੀਮ ਕੋਰਟ ਜੀ ਲਿਖ ਕੇ ਦੇਤਾ ਵੀ ਅਸੀਂ ਨਹੀਂ ਅੱਗੇ ਚਲਾਉਣਾ। ਉਹ ਗਲਤ ਪ੍ਰਚਾਰ ਹੈ, ਠੀਕ ਤਾਂ ਕੀ ਕੀਤਾ? ਉਹ ਗਲਤ ਪ੍ਰਚਾਰ ਹੈ। ਹੁਣ ਧਿਆਨ ਨਾਲ ਸੁਣ ਲਓ, ਦੁਬਾਰਾ ਫਿਰ ਸਵਾਲ, ਤੁਹਾਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪਵੇ। ਹੋਇਆ ਇਸ ਤਰ੍ਹਾਂ ਕਿ ਜਦੋਂ ਮੇਰੀ ਲਾਸਟ ਡੇਟ ਸੀ, ਮੈਂ ਕੁਆਸ਼ਿੰਗ ਪਾਈ ਹੋਈ ਆ, NDPS ਦਾ ਕੇਸ ਝੂਠਾ ਵਾ, ਉਹ ਕੁਆਸ਼ ਹੋਣਾ ਵਾ। ਜਦੋਂ ਕੁਆਸ਼ਿੰਗ ਪਈ ਤਾਂ ਕੋਰਟ ਨੇ ਪੰਜਾਬ ਸਰਕਾਰ ਜਾ ਕੇ ਕਹਿੰਦੀ ਕਿ ਸਾਨੂੰ 1 ਮਹੀਨੇ ਦਾ ਟਾਈਮ ਚਾਹੀਦਾ ਆਪਣਾ ਜਵਾਬ ਦਾਵਾ ਫਾਈਲ ਕਰਨ ਲਈ। ਸਾਡੇ ਵਕੀਲ ਨੇ ਕਿਹਾ ਕਿ 1 ਮਹੀਨੇ ਦਾ ਟਾਈਮ ਛੱਡ ਕੇ 2 ਮਹੀਨੇ ਦੇ ਦਿਓ, ਲੇਕਿਨ ਜਿਹੜੀ ਫਾਜ਼ਿਲਕਾ ਦੇ ਵਿੱਚ ਪ੍ਰੋਸੀਡਿੰਗ ਚੱਲ ਰਹੀ ਹੈ ਟ੍ਰਾਇਲ ਕੋਰਟ ਦੇ ਵਿੱਚ, ਜਿਹੜਾ ਇਹਦੇ ਖਿਲਾਫ ਚਾਰਜ ਫਰੇਮ ਕਰਨਾ ਚਾਹੁੰਦੇ ਆ, ਉਹ ਕੋਰਟ ਕਿਰਪਾ ਕਰਕੇ ਸਟੇਅ ਕਰੇ। ਜੱਜ ਸਾਹਿਬ ਨੇ ਕਿਹਾ ਕਿ ਤੁਸੀਂ 4 ਮਹੀਨੇ ਦਾ 1 ਮਹੀਨੇ ਦਾ ਟਾਈਮ ਲੈ ਲਓ, ਪਰ ਇੱਥੇ ਲਿਖ ਕੇ ਦਿਓ ਕਿ ਫਾਜ਼ਿਲਕਾ ਦੀ ਅਦਾਲਤ ਵਿੱਚ ਅਸੀਂ ਟ੍ਰਾਇਲ ਪ੍ਰੋਸੀਡ ਨਹੀਂ ਕਰਾਂਗੇ। ਇਹ ਲਿਖ ਕੇ ਲਿਆ ਵਾ, ਇਹ ਨਹੀਂ ਸਰਕਾਰ ਨੇ ਕਿਹਾ ਕਿ ਅਸੀਂ ਕੇਸ ਖਤਮ ਕਰ ਦੇਣ ਲੱਗੇ ਆ। ਉਹ ਤਾਂ ਮੇਰੇ ਕੇਸ ਵਿੱਚ ਘੱਟੋ ਘੱਟ ਤਾਂ 7-8 ਕਰੋੜ ਰੁਪਇਆ ਖਰਚਾ ਭਗਵੰਤ ਮਾਨ। ਕਿਹੜੇ ਐਡਵੋਕੇਟਸ ਨੇ? ਸਿਧਾਰਥ ਲੂਥਰਾ, ਮਤਲਬ ਜਿਹੜੇ 25-25 ਲੱਖ ਰੁਪਇਆ ਇੱਕ ਦਿਨ ਦੀ ਫੀਸ ਲੈਂਦੇ, ਉਹ ਤਾਂ ਮੇਰੇ ਖਿਲਾਫ ਚੜਾਏ। ਮੁਕਾਬਲਾ ਕਿਸ ਨਾਲ ਸੰਗਰੂਰ ਦੇ ਵਿੱਚ ਮੰਨਿਆ ਜਾ ਰਿਹਾ? ਮੇਰਾ ਨਸ਼ੇ ਦੇ ਕੋਹੜ ਨਾਲ ਮੁਕਾਬਲਾ ਵਾ, ਬੇਰੁਜ਼ਗਾਰੀ ਨਾਲ ਮੁਕਾਬਲਾ ਵਾ, ਪੁਲਿਸ ਦੇ ਅੱਤਿਆਚਾਰ ਨਾਲ ਮੁਕਾਬਲਾ ਵਾ, ਮਹਿੰਗਾਈ ਦੇ ਨਾਲ ਮੁਕਾਬਲਾ ਵਾ, ਜਿਹੜਾ ਇੰਸਪੈਕਟਰ ਰਾਜ ਦੁਕਾਨਾਂ 'ਤੇ ਥੋਪਿਆ ਜਾ ਰਿਹਾ ਉਹਦੇ ਨਾਲ ਮੁਕਾਬਲਾ ਵਾ, ਜਿਹੜਾ ਜ਼ਹਿਰੀਲਾ ਪਾਣੀ, ਹਵਾ, ਖਾਣ ਪੀਣ, ਇਹਨਾਂ ਇਸ਼ੂਜ਼ ਨਾਲ ਮੁਕਾਬਲਾ ਵਾ। ਆਹ ਜਿਹੜੇ ਬਾਕੀ ਫਿਰਦੇ ਨੇ ਸਾਰੇ, ਇਹਨਾਂ ਨੂੰ ਪੁੱਛੋ ਮੀਤ ਹੇਅਰ ਕਦੀ ਬੋਲਿਆ ਕਿਸੇ ਮੁੱਦੇ ਦੇ ਉੱਤੇ, ਕਿਸੇ ਮੋਰਚੇ ਵਿੱਚ ਗਿਆ, ਸ਼ੁਭਕਰਨ ਮਾਰਿਆ ਗਿਆ, ਉਹਦਾ ਕੋਈ ਹਾਂ ਦਾ ਨਾਰਾ ਮਾਰਿਆ,
25 ਬੰਦੇ ਸ਼ਰਾਬ ਪੀ ਕੇ ਗੁਜਰਾ ਪਿੰਡ 'ਚ ਮਾਰ ਗਏ, ਉੱਥੇ ਚੱਲ ਜਾਂਦਾ ਲਾਗੇ ਗੁਆਂਢੀ ਸੀਟ ਹੀ ਸੀਗੀ। ਸੋ ਦੇਅਰਫੋਰ ਐਂਡ ਮੀਤ ਹੇਅਰ ਨੂੰ ਬਰਨਾਲੇ ਤੋਂ ਜ਼ਿਲ੍ਹੇ ਤੋਂ ਬਾਹਰ ਕੌਣ ਜਾਣਦਾ ਵਾ। ਖੈਰਾ ਭਾਵਾਂ ਕਿਤੇ ਮੰਤਰੀ ਸੰਤਰੀ ਨਹੀਂ ਬਣਿਆ, ਲੇਕਿਨ ਖੈਰੇ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਹੰਕਾਰ ਨਾ ਸਮਝੋ, ਦੁਨੀਆ ਭਰ ਵਿੱਚ ਲੋਕ ਜਾਣਦੇ, ਬੱਚਾ ਬੱਚਾ ਜਾਣਦਾ ਹੈ ਮੈਨੂੰ। ਇਸ ਕਰਕੇ ਜਦ ਤੁਸੀਂ ਲੋਕਾਂ ਲਈ ਜਦੋਂ ਜਹਿਦ ਕਰੋਗੇ, ਲੋਕ ਤੁਹਾਨੂੰ ਉਹ ਵੋਟਾਂ ਸਮੇਂ ਰਿਸਪੈਕਟ ਪੇਬੈਕ ਕਰਦੇ। ਅੱਜ ਸਮਾਂ ਜੋ ਮੈਂ ਜੋ ਵੀ ਕਮਾਈ ਕੀਤੀ ਆ ਉਸ ਦਾ ਜਿਹੜਾ ਮੈਨੂੰ ਹਫਜ਼ਾਨਾ ਮਿਲਣਾ, ਜੋ ਮੈਨੂੰ ਇੱਕ ਕਿਸਮ ਦਾ ਕੰਪਨਸੇਸ਼ਨ ਲੋਕਾਂ ਨੇ ਕਰਨੀ, ਉਹ ਵੋਟ ਜ਼ਰੀਏ ਕਰਨ ਨੂੰ ਤਿਆਰ ਬੈਠੇ। ਉਹ ਦੇਖੋ ਇਹਨੂੰ ਕਹਿਣ ਦੀ ਲੋੜ ਨਹੀਂ ਪੈਣੀ, ਜਾਂ ਚ ਉਹਨਾਂ ਨੇ ਆਪੇ ਅਗਲਿਆਂ ਨੇ ਕਰ ਲੈਣੀ ਆ। ਜੇ ਕੇਜਰੀਵਾਲ ਚੱਕਿਆ ਗਿਆ ਤਾਂ ਚੱਕਿਆ ਚੀਮਾ ਵੀ ਜਾਣਾ। 99 ਬੰਦੂਆਂ ਮਜ਼ਦੂਰਾਂ ਵਿੱਚ ਇੱਕ ਬੰਦਾ ਕਾਇਮ ਹੈਗਾ, ਉਹ ਹੈਗਾ ਕੁੰਵਰ ਵਿਜੇ ਪ੍ਰਤਾਪ ਸਿੰਘ। ਸਿੱਖ ਵੀ ਨੀਗਾ, ਪੰਜਾਬੀ ਵੀ ਨੀਗਾ, ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ, ਨਸ਼ੇ ਦੇ ਖਿਲਾਫ ਲੜ ਰਿਹਾ ਕਿ ਮੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਮੇਰੇ ਸ਼ਹਿਰ ਦੇ ਵਿੱਚ, ਫਲਾਨੇ ਕਲੋਨੀਆਂ ਦੇ ਵਿੱਚ, ਫਲਾਨੇ ਏਰੀਆ ਵਿੱਚ ਜਿਹੜੇ ਰਾਘਵ ਚੱਡੇ ਨੇ ਪੁਲਿਸ ਵਾਲੇ ਲਵਾਏ ਹੋਏ ਨੇ, ਉਹ ਨਸ਼ਾ ਪਕਾਉਂਦੇ। ਕੀ ਮੀਤ ਹੇਅਰ ਵਿੱਚ ਹਿੰਮਤ ਹੈ ਇਸਦਾਂ ਦੀ ਗੱਲ ਕਰਨ ਦੀ? ਤਾਂ ਕਰਕੇ ਮੈਂ ਇਹਨਾਂ ਦਾ ਨਾਮ ਰੱਖਿਆ ਬੰਦੂਆ ਮਜ਼ਦੂਰ। ਔਰ ਜ਼ੋਰਾ ਸਿੰਘ ਉਹਨਾਂ ਨੇ ਜਿਹੜੀ ਰਿਪੋਰਟ ਕਿਉਂਕਿ ਕੀਤੀ ਸੀ, ਉਹਨਾਂ ਨੇ ਇਨਵੈਸਟੀਗੇਸ਼ਨ, ਉਹ ਦੱਸਣ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਵਿੱਚ ਇਹਨਾਂ ਨੂੰ ਕੇਜਰੀਵਾਲ ਉਹਨਾਂ ਨੇ ਕਿੱਦਾਂ ਡੀਰੇਲ ਕੀਤਾ। ਉਹਨਾਂ ਨੂੰ ਟਿਕਟ ਦਿੱਤੀ ਸੀ ਪਿਛਲੀ ਵਾਰੀ ਇਸੇ ਕਰਕੇ ਕਿ ਜੱਜ ਸਾਹਿਬ ਨੇ ਕੰਮ ਕੀਤਾ ਵਾ, ਪਰ ਹੁਣ ਉਹਨਾਂ ਨੂੰ ਮੇਰੇ ਖਿਆਲ ਪਾਰਟੀ 'ਚੋਂ ਕੱਢ ਦਿੱਤਾ ਸ਼ਾਇਦ। ਮੈਂ ਬਹੁਤ ਧੰਨਵਾਦ ਕਰਦੀ ਹਾਂ, ਸ਼ੁਕਰੀਆ ਅਦਾ ਕਰਦੀ ਹਾਂ, ਜਿਵੇਂ ਖਹਿਰਾ ਜੀ ਨੇ ਕਲੀਅਰ ਕਰਤਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਵੋਟ ਕਰਨਾ ਚਾਹੁੰਦੇ ਨੇ, ਉਹਦੇ ਵਿੱਚ ਸਾਰਾ ਕੁਝ ਸਾਫ਼ ਹੈ ਕਿ ਲੋਕ ਇਹਨਾਂ ਨੂੰ ਚਾਹੁੰਦੇ ਨੇ।